ਕੋਈ ਦੇ ਵਿੱਚੋਂ ਰਸੋਈ ਦਾ ਬਿਜ਼ਨਸ ਕਰਨਾ ਹੋਵੇ ਦੇਖਿਆ ਨਾ ਤੁਸੀਂ ਕਈ ਟਿਫਨ ਬਣਾ ਬਣਾ ਭੇਜਦੀਆਂ ਨੇ ਚਾਹੇ ਕਿਸੇ ਨੇ ਐਮਬਰਾਇਡਰੀ ਕਰਨੀ ਹੋਵੇ ਚਾਹੇ ਕਿਸੇ ਨੇ ਸਿਲਾਈ ਦੀ ਮਹਾਰਤ ਹਾਸਲ ਕਰਨੀ ਹੋਵੇ ਕੁਝ ਵੀ ਕਰਨਾ ਹੋਵੇ ਅਸੀਂ ਪੈਰਾਂ ਤੇ ਖੜਾ ਕਰਾਂਗੇ ਇਹ ਨਹੀਂ ਵੀ ਕੁੜੀ ਜਵਾਨ ਹੋ ਗਈ ਵਿਆਹ ਦਿਓ ਇਹ ਕਿ ਉਹਨੂੰ ਪੈਰਾਂ ਤੇ ਖੜਾ ਕਰ ਦਿਓ ਉਹਨੂੰ ਬਰਾਬਰੀ ਦੇ ਉੱਤੇ ਲਿਆ ਕੇ ਖੜਾ ਕਰ ਦਿਓ ਉਹ ਧੀਆ ਪਹਿਣਾ ਬੰਦਿਆਂ ਦੇ ਨਾਲ ਬਰਾਬਰ ਖੜਿਆ ਹੋਣ ਕੋਈ ਅੰ드ਰਾ ਗਾਂਧੀ ਬਣੇ ਕੋਈ ਕਲਪਨਾ ਚਾਵਲਾ ਬਣੇ ਕੋਈ ਸ਼ਾਨੀਆਂ ਮਿਰਜਾ ਬਣੇ ਠੋਕੋ ਤਾੜੀ ਟਕਾ ਕੇ ਉਹਦੇ ਹੁਨਰ ਨੂੰ ਮੈਕਸਿਮਮ ਅਨਲੌਕ ਕਰਿਏ ਉਹਦੀ ਪੋਟੈਂਸ਼ੀਅਲ ਨੂੰ ਮੈਕਸਿਮਮ ਅਨਲੌਕ ਕਰਿਏ ਅਗਰ ਕੋਈ ਵੀ ਐਮਬਰਾਇਡਰੀ ਕਰਨਾ ਚਾਹੁੰਦਾ ਹੋਵੇ ਕੋਈ ਵੀ ਧੀ ਪਹਿਣ ਇੱਕ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀ ਹੋਵੇ ਉਹ ਰਸੋਈ ਦਾ ਬਿਜ਼ਨਸ ਹੋਵੇ ਚਾਹੇ ਉਹ ਸਲਾਈ ਦਾ ਬਿਜ਼ਨਸ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਣਾ ਚਾਹੇ ਜਦੋਂ ਕਲਾ ਕੇਂਦਰ ਤੋਂ ਆਪਣੀ ਕਲਾ ਸਿੱਖ ਕੇ ਆਏਗੀ ਪੰਜਾਬ ਸਰਕਾਰ ਇੰਟਰਸਟ ਫ੍ਰੀ 2 ਲੱਖ ਰੁਪਏ ਦਾ ਲੋਨ ਉਹਨੂੰ ਦੇਗੀ 2 ਲੱਖ ਕਰੇ ਉਹਦੇ ਘਰੇ ਉਹਨੂੰ 2 ਲੱਖ ਰੁਪਏ ਦਾ ਲੋਨ ਪਹੁੰਚੇਗਾ ਔਰੇ ਪੰਜਾਬ ਮਾਡਲ ਦੀ ਸਭ ਤੋਂ ਅਹਿਮ ਕੜੀ ਹੈ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਕਸਬੇ ਹੋਣ ਜਾਂ ਅਰਬਨ ਪੰਜਾਬ ਹੋਵੇ ਇਸ ਮਾਫੀਆ ਨੂੰ ਮਾਰ ਕੇ ਇਸ ਮਹਾਨ ਨੁਮਾਰਕੇ ਅਰਬਨ ਪੰਜਾਬ ਦੇ ਵਿੱਚ ਅਰਬਨ এমਪਲੋਇਮੈਂਟ ਗਾਰੰਟੀ ਮਿਸ਼ਨ ਹੋਏਗੀ ਕਿ ਭਾਈ ਕੋਈ ਮਜ਼ਦੂਰ ਹੋਵੇ ਕੋਈ ਹੋਵੇ ਉਹਨੂੰ 5 ਲੱਖ ਬੰਦਿਆਂ ਨੂੰ ਅਸੀਂ 350-400 ਰੁਪਏ ਮਹੀਨੇ ਦਾ ਅਖਤਿਆਰ ਦੇਵਾਂਗੇ 5 ਲੱਖ ਬੰਦੇ ਨੂੰ ਇਸ ਕਰਕੇ ਮੈਂ ਜਿਹੜੀ ਗੱਲ ਅੱਜ ਅਨਾਉਂਸਮੈਂਟ ਕਰ ਰਿਹਾ ਕਿਸਾਨਾਂ ਬਾਰੇ ਤਾਂ ਮੈਂ ਕਹਿ ਹੀ ਚੁੱਕਿਆ ਕਿ ਦਾਲਾਂ ਦੇ ਉੱਤੇ ਆਇਲ ਸੀਡਸ ਦੇ ਉੱਤੇ ਅਸੀਂ ਐਮਐਸਪੀ ਦੇਵਾਂਗੇ ਲੀਗਲ ਐਮਐਸਪੀ ਤੁਸੀਂ ਸੁਣਿਆ ਹੋਣਾ ਤੁਸੀਂ ਸੁਣਿਆ ਕਿ ਮੇਰਾ ਕੀ ਏਜੰਡਾ ਕਿਸਾਨੀ ਦੇ ਬਾਰੇ ਕੀ ਏਜੰਡਾ ਜਵਾਨੀ ਦੇ ਬਾਰੇ ਲੇਕਿਨ ਅੱਜ ਔਰਤਾਂ ਦੀ ਗੱਲ ਕਰਨੀ ਹੈ ਤੇ ਮੈਂ ਔਰਤਾਂ ਦੀ ਗੱਲ ਨੂੰ ਅੱਗੇ ਵਧਾਉਣਾ ਜੇ ਕਿਸੇ ਨੇ ਬਿਜ਼ਨਸ ਕਰਨਾ ਹੈ ਉਹਦੀ ᱮਮਪਾਵਰਮੈਂਟ ਵਾਸਤੇ ਉਹਨੂੰ ਤਕੜਿਆ ਕਰਨ ਲਈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਿੰਗਲ ਵਿੰਡੋ ਸਿਸਟਮ ਹੋਏਗਾ ਉਹਨੂੰ ਕੋਈ ਕਿਤੇ ਧੱਕੇ ਖਾਣ ਦੀ ਲੋੜ ਨਹੀਂ ਘਰੇ ਬੈਠ ਕੇ ਉਹਨੂੰ ਇਜਾਜ਼ਤ ਮਿਲੇਗੀ ਕੋਈ ਐਂਟਰਪ੍ਰੈਨਰਸ਼ਿਪ ਸ਼ੁਰੂ ਕਰਨੀ ਹੈ ਅਗਰ ਕਿਸੇ ਔਰਤ ਨੇ ਉਹਨੂੰ ਹਰ ਹਾਲਤ ਦੇ ਵਿੱਚ ਇਹ ਪੈਸੇ ਮਿਲਣਗੇ ਔਰ ਛੋਟਾ ਕਿਸਾਨ ਸੁਣ ਲੇ ਖੇਤ ਮਜ਼ਦੂਰ ਸੁਣ ਲੇ ਕਿ ਜੜਾ 5 ਏਕੜ ਤੋਂ ਥੱਲੇ ਵਾਲਾ ਕਿਸਾਨ ਹੈ ਜੇ ਕੋਈ ਧੀ ਪਹਿਣ ਜੇ ਕੋਈ ਮਜ਼ਦੂਰ ਆ ਕੇ ਖੇਤ ਦੇ ਵਿੱਚ ਚਾਹੇ ਟੋਕਾ ਕਰਦਾ ਚਾਹੇ ਬਰਸੀਨ ਵੜਦਾ ਚਾਹੇ ਕੁਛ ਕਰਦਾ ਇੱਕ ਦਿਨ ਦੀ ਮਿਹਨਤ ਕਰਦਾ ਉਹਨੂੰ 400 ਰੁਪਿਆ ਉਹਦੇ ਖਾਤੇ ਦੇ ਵਿੱਚ ਰੋਜ਼ ਪਿਆ ਕਰੂਗਾ ਠੋਕ ਕੇ ਕਹਿੰਨਾ ਮੈਂ ਤੁਹਾਨੂੰ ਠੋਕ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਇਹ ਮੰਰੇਗਾ ਕਹਿੰਦੀ ਹੈ ਕਿ ਪਾਈ ਇਹ ਅਖਤਿਆਰ ਨੇ ਤੁਹਾਡੇ ਜਿਹੜਾ 5 ਏਕੜ ਤੋਂ ਥੱਲੇ ਵਾਲਾ ਉਹਨੂੰ ਸਨਮਾਨ ਪਤਾ ਮਿਲੇਗਾ ਜਦ ਦਿਨ ਉਹ ਮਿੱਟੀ ਨਾਲ ਮਿੱਟੀ ਹੋਏਗਾ ਉਹਨੂੰ ਸਨਮਾਨ ਪਤਾ ਮਿਲੇਗਾ ਤੇ ਜੇ ਕੋਈ ਤਹੀ ਪੈਣ ਉਸ ਖੇਤ ਚ ਮਿੱਟੀ ਨਾਲ ਮਿੱਟੀ ਹੁੰਦੀ ਆ ਬੋੜੀਆਂ ਹੁੰਦੀਆਂ ਨੇ ਮੈਂ ਦੇਖਦਾ ਖੇਤਾਂ ਚ ਬੈਠੀਆਂ ਹੁੰਦੀਆਂ ਨੇ ਔਰ ਜਿਹੜੀਆਂ ਫੈਕਟਰੀਆਂ ਨੇ ਔਰਤਾਂ ਨੂੰ এমপ্লয়ਈ ਕੀਤਾ ਉਹ ਕਹਿੰਦੀ ਨੇ ਬੰਦਿਆਂ ਨਾਲੋਂ ਡਿਓੜਾ ਕੰਮ ਕਰਦੀਆਂ ਨੇ ਠੋਕੋ ਤਾੜੀ ਇਹਨਾਂ ਦੇ ਨਾਂ ਦੀ ਸਰਕਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਕਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਹੁਣ ਆਖੀਰ ਦੇ ਵਿੱਚ ਮੈਂ ਉਹਨਾਂ ਨੂੰ ਮਹਫੂਜ਼ ਰੱਖਣ ਦੇ ਲਈ ਪੰਜਾਬ ਮਾਡਲ ਚ ਕਾਂਗਰਸ ਵੱਲੋਂ ਕਾਂਗਰਸ ਦੇ ਹਰ ਵਰਕਰ ਵੱਲੋਂ ਕਾਂਗਰਸ ਦੇ ਹਰ ਨੇਤਾਵਾਂ ਵੱਲੋਂ ਇੱਕ ਕਮਾਂਡੋ ਬਟਾਲੀਅਨ ਬਣਾਉਣਾ ਚਾਹੁੰਨਾ ਹਰ ਪਿੰਡ ਦੇ ਵਿੱਚ ਦੋ ਔਰਤਾਂ ਕੋਈ ਮਾੜਾ ਮੋਟਾ ਛੇੜਖਾਨੀ ਕਰਨ ਵਾਲਾ ਹੋਵੇ ਉਹ ਕਮਾਂਡੋਆਂ ਨੂੰ ਫੋਰ ਕਰ ਮੁੱਦਾ ਕਰ ਦੂ ਠਾਂ ਕਰਦੀ ਠੋਕੋ ਤਾੜੀ ਟਕਾ ਕੇ ਐ ਵੂਮਨ ਕਮਾਂਡੋ ਬਟਾਲੀਅਨ ਹਰ ਪਿੰਡ ਦੇ ਵਿੱਚ ਦੋ ਔਰਤਾਂ ਹੋਇਆ ਕਰਨਗੀਆਂ ਸਜੀਆਂ ਤਸੀਆਂ ਵਰਦੀ ਵਾਲੀਆਂ ਜਿਹਨੂੰ ਕੋਈ ਵੀ ਕੁੜੀ ਪਿੰਡ ਚੋਂ ਫੋਨ ਕਰ ਸਕੂ ਔਰ ਮਹਫੂਜ਼ ਰਹਿਣ ਦਾ ਅਖਤਿਆਰ ਰੱਖੂ ਪੁਲਿਸ ਦੇ ਵਿੱਚ ਵੀ ਇਹ ਕਮਾਂਡੋ ਬਟਾਲੀਅਨ ਸ਼ਹਿਰਾਂ ਦੇ ਵਿੱਚ ਹੋਊਗੀ ਹੁਣ ਜੇ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਨੇ ਧੀਆਂ ਪੈਣਾ ਨੂੰ ਇਹ ਸਨਮਾਨ ਦਿੱਤਾ ਹੋਵੇ ਤੇ ਨੀਵੇਂ ਥਾਵੇਂ ਪਾਇਓ ਨਵਜੋਤ ਸਿੰਘ ਸਿੱਧੂ ਨੂੰ ਨੀਵੇਂ ਥਾਵੇਂ ਪਾਇਓ ਨਵਜੋਤ ਸਿੰਘ ਸਿੱਧੂ ਨੂੰ ਇਹ ਕਿਸਾਨਾਂ ਨੂੰ ਵੀ ਮਿਲੂ ਇਹ ਮਾਨ ਸਨਮਾਨ ਪੰਜਾਬ ਦੇ ਲੋਕਾਂ ਦੇ ਹੱਕ ਹਲਾਲ ਦੇ ਪੈਸੇ ਬਾਬੇ ਨਾਨਕ ਦਾ ਹੱਕ ਹਲਾਲ ਭਾਈ ਲਾਲੂਆਂ ਦਾ ਹੱਕ ਹਲਾਲ ਇਹ ਹੱਕ ਖਾਲਲ ਦੇ ਪੈਸੇ ਚੋਰਾਂ ਦੀ ਜੇਬ ਚ ਕਿਉਂ ਜਾਣ ਤਿੰਨ ਕਰੋੜ ਪੰਜਾਬੀਆਂ ਦਾ ਫਾਇਦਾ ਸੌ ਪਰਿਵਾਰਾਂ ਦੇ ਹੱਥ ਚ ਕਿਉਂ ਜਾਵੇ ਤਿੰਨ ਕਰੋੜ ਪੰਜਾਬੀਆਂ ਦੇ ਹੱਕ ਇਹ ਮਾਫੀਆ ਕਿਉਂ ਖਵੇ ਬਿੱਲਾ ਪੀ ਗਿਆ ਜੱਟ ਦਾ ਦੁੱਧ ਤੇ ਮਾਰ ਕੇ ਪਲਾਕੀ ਕੰਧ ਤੇ ਬਹਿ ਗਿਆ ਤੇ ਮਿੱਠੀ ਮਿੱਠੀ ਜਨਵਰੀ ਦੀ ਧੁੱਪ ਸੇਕੇ ਪੋਮਾਂ ਦੀ ਤੇ ਜੱਟ ਆਇਆ ਦੇਖਿਆ ਨਿੰਗਨੇ ਪਏ ਤਾਂ ਬਾਟਾ ਹੀ ਮਾਂ ਤਾਂ ਨਿੰਗ ਵਾਂਗੂ ਪਾਟੇ 'ਚ ਹੈ ਹੀ ਦੁੱਧ ਕੱਖ ਨਹੀਂ ਦੁੱਧ ਦਾ ਤਾਂ ਲੱਭਦਾ ਹੀ ਕੱਖ ਨਹੀਂ ਉਹਨੇ ਸੱਜੇ ਖੱਬੇ ਦੇਖਿਆ ਬਿੱਲੇ ਦੀਆਂ ਮੋਛਾਂ ਤੇ ਥੋੜਾ ਥੋੜਾ ਦੁੱਧ ਲੱਗਿਆ ਸੀ ਜੱਟ ਨੇ ਟਾਕੂਆ ਚੱਕਿਆ ਥਾਮ ਮਾਰਿਆ ਭਗਾ ਕੇ ਬਿੱਲੇ ਦੀ ਪੂੰਛ ਥੱਲੇ ਤੇ ਬਿੱਲਾ ਉੱਤੇ ਤੇ ਕੋਈ ਸਿਆਣਾ ਜਾਂਦਾ ਸੀ ਆ ਪਰਮਲ ਵਰਗਾ ਖਾਲੇ ਪ੍ਰਧਾਨ ਵਰਗਾ ਉਹ ਕਹਿੰਦਾ ਜੱਟਾ ਦੁੱਧ ਤਾਂ ਪੀ ਗਿਆ ਹੁਣ ਕਾ ਤੇ ਮਾਰਿਆ ਟਾਕੂਆ ਕਹਿੰਦਾ ਦੁੱਧ ਪੀਤੇ ਦਾ ਮੈਨੂੰ ਕੋਈ ਅਫਸੋਸ ਨਹੀਂ ਜਿਹੜਾ ਮੋਛਾਂ ਨੂੰ ਤਾ ਦੇਈ ਜਾਂਦਾ ਸੀ ਮੇਤੋਂ ਜਰੇ ਆ ਹੀ ਨਹੀਂ ਗਿਆ ਠੋਕੋ ਠੋਕੋ ਤਾੜੀ ਠੋਕੋ ਠੋਕੋ ਟਕਾ ਕੇ ਠੋਕੋ ਤਾੜੀ ਐ ਨਵੀਂ ਸਵੇਰ ਆ ਰਾਤ ਜਿੰਨੀ ਹਨੇਰੀ ਹੁੰਦੀ ਐ ਸਤਾਰਾ ਉਹਨਾਂ ਚਮਕਦਾ ਔਰ ਕਾਲੀ ਰਾਤ ਤੋਂ ਬਾਅਦ ਉਸ ਮਹਰਮ ਬਾਬੇ ਨਾਨਕ ਦੇ ਆਸ਼ੀਰਵਾਦ ਦੇ ਨਾਲ ਫਿਰ ਸਵੇਰਾ ਆਉਂਦਾ ਹੀ ਆਉਂਦਾ ਇਹ ਤਾਂ ਕਹਿੰਦੇ ਸੀ ਬਾਬੇ ਦਾ ਲਾਂਘਾ ਨਹੀਂ ਖੁੱਲਦਾ ਜਦੋਂ ਸਿੱਧੂ ਗਿਆ ਸੀ ਦੇਗਾਲ ਤੇ ਗਾਲ ਉਹ ਬਾਦਲ ਗਿਆ ਉਥੋਂ ਭੇਡੂ ਲਿਆਇਆ ਭੇਡੂ 21 ਲੱਖ ਰੁਪਇਆ ਟੈਕਸ ਭਰਿਆ ਤੇ ਕੈਪਟਨ ਗਿਆ ਉਥੇ ਸੁਲਤਾਨ ਘੋੜਾ ਲਿਆਇਆ ਤੇ ਨਾਲ ਉੱਤੇ ਕਿਸੇ ਨੂੰ ਚੜਾ ਕੇ ਵੀ ਲਿਆਇਆ ਸੀ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਹੈ ਕੈਪਟਨ ਗਿਆ ਸੁਲਤਾਨ ਘੋੜਾ ਲਿਆਇਆ ਉੱਤੇ ਕਿਸੇ ਨੂੰ ਚੜਾ ਕੇ ਲਿਆਇਆ ਤੇ ਸਿੱਧੂ ਗਿਆ ਤੇ ਬਾਬੇ ਦਾ ਲਾਂਗਾ ਖੋਲ ਕੇ ਆਇਆ ਬਾਲੇ ਹਰਾਮ ਐ ਨਵਜੋਤ ਸਿੰਘ ਸਿੱਧੂ ਦੇ ਲਈ ਪੰਜਾਬ ਨੂੰ ਗਿਰਵੀ ਰੱਖ ਕੇ ਪੈਸੇ ਖਾਣਾ ਹਰਾਮ ਐ ਨਵਜੋਤ ਸਿੰਘ ਸਿੱਧੂ ਦੇ ਲਈ ਬਾਬੇ ਨਾਨਕ ਦੇ ਫਲਸਫੇ ਦੇ ਖਿਲਾਫ ਜਾਣਾ ਹਰਾਮ ਹੈ ਜਿਹੜਾ ਹੈ ਨਾ ਚੋਰਾਂ ਡਾਕੂਆਂ ਦਾ ਸਾਥ ਦਵੇ ਜਦੋਂ ਭਾਜਪੀ ਨੇ ਕਿਹਾ ਸੀ ਵੀ ਸੁੱਖੇ ਗੱਪੀ ਦੀ ਕੈਂਪੇਨ ਕਰਦੇ ਇਹਨਾਂ ਤਸਕਰਾਂ ਦੀ ਚੋਰਾਂ ਡਾਕੂਆਂ ਦੀ ਕੈਂਪੇਨ ਕਰਦੇ ਤੈਨੂੰ ਰਾਜ ਸਭਾ ਦਿੰਨੇ ਆ ਤੇ ਸਿੱਧੂ ਨੇ ਭਗਾ ਕੇ ਮਾਰੀ ਸੀ 6 ਸਾਲ ਦੀ ਰਾਜ ਸਭਾ ਠਾਂਕ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਔਰ ਸੂਲੋ ਪਿਆ ਚਾਏ ਤੋ ਟਕਰਾਨਾ ਜ਼ਰੂਰੀ ਹੈ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ ਜਿਉਂਦੇ ਆਂ ਤੇ ਜਿਉਂਦਾ ਨਜ਼ਰ ਆਉਣਾ ਜ਼ਰੂਰੀ ਹੈ ਓ ਸਵਤੰਤਰਤਾ ਸੰਾਨੀ ਦਾ ਪੁੱਤਰ ਹੈ ਨਵਜੋਤ ਸਿੰਘ ਸਿੱਧੂ ਜਿਹਦਾ ਪਿਓ ਅੰਗਰੇਜ਼ਾਂ ਨਾਲ ਲੜਦਾ ਸੀ ਦੋ ਦੋ ਮਹੀਨੇ ਸੱਭ ਨਹੀਂ ਦੇਖਿਆ ਤੇ ਜਸ ਸਿੰਘ ਸੁਤੰਤਰਤਾ ਦੀ ਨਾਲ ਮੇਰਾ ਪਿਓ ਲਾਹੌਰ ਦੇ ਵਿੱਚ ਲਾਲ ਕਿਲਾ ਅਖਬਾਰ ਕਰਦਾ ਹੁੰਦਾ ਸੀ ਤੇ ਫੜਿਆ ਗਿਆ ਅੰਗਰੇਜ਼ਾਂ ਨੇ ਸਜ਼ਾਏ ਮੌਤ ਸੁਣਾਈ 14 ਬੰਦਿਆਂ ਤੋਂ ਗੋਲੀ ਮਾਰਨ ਦਾ ਹੁਕਮ ਦਿੱਤਾ ਤੇ ਜੂੜਾ ਬਨ ਕੇ ਹਫ਼ਤਾ ਹਫ਼ਤਾ ਜੇਲ੍ਹ ਦੇ ਵਿੱਚ ਖੜਾ ਰੱਖਦੇ ਗੂੰਦੇ ਪੋਤੜੇ ਮੂੰਹ ਤੇ ਪਾਉਂਦੇ 3 ਸਕਿੰਟਾਂ 'ਚ ਬੰਦਾ ਬੇਹੋਸ਼ ਹੋ ਜਾਂਦਾ ਸੀ ਨੌ ਪਟਦੇ ਉੱਤੇ ਲੂਣ ਛਿੜਕਦੇ ਆਹ ਪਰਵਟਿਆਂ ਦੇ ਉੱਤੇ ਕਲਾਸ ਲੈ ਕੇ ਖਿੱਚਾ ਮਾਰ ਦੇ ਉੱਤੇ ਲੂਣ ਪਾਉਂਦੇ ਉਸ ਪਿਓ ਦਾ ਪੁੱਤ ਨਵਜੋਤ ਸਿੰਘ ਸਿੱਧੂ ਤੇ ਜਦੋਂ 3 ਦਿਨ ਰਹਿ ਗਏ ਉਹਨੂੰ ਗੋਲੀ ਮਾਰਨ ਨੂੰ ਤੇ ਰਾਣੀ ਦਾ ਜਨਮ ਦਿਨ ਹੋਇਆ ਅੰਗਰੇਜ਼ਾਂ ਦੀ ਤੇ ਪਰਚੀ ਪਾ ਕੇ ਸੱਤ ਕੈਦੀ ਛੱਡੇ ਸੀ ਉਹ ਚ ਮੇਰਾ ਪਿਓ ਸੀ ਜਦੋਂ ਬਾਦਲ ਕਾਂਗਰਸ ਵੱਲੋਂ ਹਾਰਿਆ ਇਹ ਕਹਿੰਦਾ ਨਾ ਪਾਰਟੀ ਬਦਲਦਾ ਇਹ ਬਾਦਲ ਵੀ ਪੱਟੂ ਕਾਂਗਰਸ ਵੱਲੋਂ ਲੜਿਆ ਸੀ ਪਹਿਲਾ ਇਲੈਕਸ਼ਨ ਪੁੱਛ ਲੋ ਇਹਨੂੰ ਭਾਈਏ ਨੂੰ ਭੜੇ ਭੜੇ ਯਾਰ ਮੇਰੀ ਫਤੋ ਦੇ ਤੇ ਮੇਰਾ ਪਿਓ ਜਿੱਤਿਆ ਤੇ ਜਦੋਂ ਆਇਆ ਤੇ ਨੰਦ ਕੁਮਾਰ ਮੇਰੇ ਪਿਓ ਦਾ ਖਾਸ ਦੋਸਤ ਕਹਿੰਦਾ ਭਗਵੰਤ ਸਿਆ ਉਹ ਇੱਕ ਕੋਈ ਕਾਰਖਾਨਾ ਲਾ ਚਾਰ ਪੈਸੇ ਕਮਾ ਕਿਹੜੀ ਦੇਸ਼ ਭਗਤੀ ਚ ਪੈ ਗਿਆ ਤੇ ਮੇਰੇ ਪਿਓ ਨੇ ਉਹਨੂੰ ਸੁਨੇਹਾ ਭੇਜਿਆ ਸੀ ਕਹਿੰਦਾ ਗੱਲ ਤੇ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲ ਹੀ ਛਾਵਾਂ ਹੁੰਦੀਆਂ ਸਮਾਂ ਸਭ ਨੂੰ ਢਾ ਦਿੰਦਾ ਕਿੰਨੇ ਹੀ ਧਣੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾ ਲੈਂਦਾ ਕਿੰਝ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਟੀ ਲਾ ਲੈਂਦਾ ਜੇ ਬਾਬਾ ਨਾਨਕ ਹੱਟੀ ਲਾ ਲੈਂਦਾ ਐ ਹੱਟੀਆਂ ਲਾ ਕੇ ਬੈਠੇ ਆਏ ਲੋਕ ਪੰਜਾਬ ਦੀਆਂ ਬੋਲੀਆਂ ਲਾਈ ਬੈਠੇ ਆਏ ਲੋਕ ਪੰਜਾਬ ਨੂੰ ਗਿਰਵੀ ਰੱਖੀ ਫਿਰਦੇ ਆਏ ਲੋਕ ਮਾਫੀਆ ਚਲਾਉਂਦੇ ਆ ਆਪਣੇ ਘਰ ਭਰਦੇ ਆਏ ਲੋਕ ਪੰਜਾਬ ਦੇ ਲੋਕਾਂ ਦੀ ਦਿੱਤੀ ਸਤਾ ਚਾਰ ਬੰਦਿਆਂ ਦੇ ਪਾਵਾਂ ਨਾਲ ਪਾਵਿਆਂ ਨਾਲ ਬੰਨ ਕੇ ਰੱਖਦੇ ਆ ਇਹ ਲੋਕ ਪੱਟ ਕੇ ਰੱਖ ਦੂੰਗਾ ਇਸ ਜ਼ੁਲਮ ਦੀ ਜੜ ਨੂੰ ਪੱਟ ਕੇ ਰੱਖ ਦੂੰਗਾ ਇਸ ਮਾਫੀਆ ਰਾਜ ਨੂੰ ਜਾਂ ਟਾਂਡਿਆਂ ਵਾਲੀ ਹੈ ਨਹੀਂ ਤੇ ਆ ਵੀਰ ਪਾਂਡਿਆਂ ਵਾਲੀ ਹੈ ਸਰਦਾਰ ਭਵਤ ਸਿੰਘ ਅਮਰ ਹੈ ਮੈਂ ਤੁਹਾਨੂੰ ਅਖੀਰ ਦੇ ਵਿੱਚ ਉਹ ਸ਼ੇਰ ਸੁਣਾਉਣਾ ਜਿਹੜਾ ਮੇਰਾ ਪਿਓ ਲਾਹੌਰ ਦੀਆਂ ਗਲੀਆਂ ਦੇ ਵਿੱਚ ਅੰਗਰੇਜ਼ਾਂ ਨਾਲ ਲੜਦੇ ਹੋਏ ਸੁਣਾਉਂਦਾ ਸੀ ਉਸ ਦੇ ਨਾਲ ਮੈਂ ਬਾਤ ਖਤਮ ਕਰੂੰ ਤੇ ਜੜੀਆਂ ਧੀਆ ਪਹਿਣਾ ਅੱਜ ਘਰੇ ਜਾਣ ਉਹ ਬਰਾਬਰੀ ਦਾ ਹੱਕ ਲੈਣ ਦਾ ਸੁਪਨਾ ਸਾਕਾਰ ਹੋਣਗਾ ਉਹਨਾਂ ਦਾ ਇਹ ਸੁਪਨਾ ਦੇਖਣ ਕਿਉਂਕਿ ਸਾਡੇ ਕੋਲ ਜ਼ਰੀਆ ਹੈ ਤੇ ਮੈਂ ਅਖੀਰ ਦੇ ਵਿੱਚ ਕਹਿੰਨਾ ਕਿ ਪ੍ਰਣ ਕਰਦੇ ਆ ਆਜ਼ਾਦੀ ਦੀ ਸ਼ਾਮ ਨਹੀਂ ਹੋਣ ਦੇਾਂਗੇ ਭਗਤ ਸਿੰਘ ਵਰਗੇ ਵੀਰਾਂ ਦੀਆਂ ਸਮਾਧੀਆਂ ਨੂੰ ਬਦਨਾਮ ਨਹੀਂ ਹੋਣ ਦੇਾਂਗੇ ਜਦ ਤੱਕ ਤਨ ਵਿੱਚ ਗਰਮ ਲਹੂ ਦੀ ਇੱਕ ਬੂੰਦ ਵੀ ਬਾਕੀ ਹੈ ਪੰਜਾਬ ਦੀ ਇਸ ਸਰਜ਼ਮੀਨ ਨੂੰ ਨਿਲਾਮ ਨਹੀਂ ਹੋਣ ਦਿਆਂਗੇ ਨਿਲਾਮ ਨਹੀਂ ਹੋਣ ਦਿਆਂਗੇ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਇੱਥੇ ਪੋਸਟਰ ਲੱਗਿਆ ਹੈ ਮੋਦੀ ਦੀ ਫੋਟੋ ਲਾਈ ਹੈ ਤੇ ਨਾਲ ਉਹਦਾ ਕੋਈ ਕਰਿੰਦਾ ਹੈ ਕਿ ਮੋਦੀ ਜੀ ਤੁਹਾਨੂੰ ਬੜੀਆਂ ਬੜੀਆਂ ਵਧਾਈਆਂ ਤੁਸੀਂ ਕਾਲੇ ਕਾਨੂੰਨ ਵਾਪਸ ਲੈ ਲੇ ਵਾਪਸ ਨਹੀਂ ਲੈ ਮਿੱਤਰਾ ਇਥੇ ਕਿਸਾਨ ਵੀਰਾਂ ਨੇ ਗਲ ਚ ਗੂਠਾ ਦੇ ਕੇ ਵਾਪਸ ਦਿਵਾਏ ਹੈ ਕਿਸਾਨ ਮੋਰਚਾ ਜਿੱਤਿਆ ਔਰ ਅੱਜ ਕਿਸਾਨਾਂ ਦੀ ਜਿੱਤ ਪੂਰੀ ਤਾਂ ਹੋਊ ਜੇ ਉਹਨਾਂ ਦੀ ਆਮਦਨ ਵਧੂ ਪੂਰੀ ਤਾਂ ਹੋਊ ਜੇ ਉਹਨਾਂ ਨੂੰ ਹੱਕ ਖላል ਦੀ ਇੱਜ਼ਤ ਦੀ ਰੋਟੀ ਮਿਲੂ ਤੇ ਜੇ ਇਮਾਨ ਨੂੰ ਚਾਹਨੇ ਹੋ ਹੱਕ ਖላል ਨੂੰ ਚਾਹਨੇ ਹੋ ਭਾਈ ਲਾਲੂਆਂ ਦੀ ਜਿੱਤ ਚਾਹਨੇ ਹੋ ਇਮਾਨਦਾਰਾਂ ਦੀ ਜਿੱਤ ਚਾਹਨੇ ਹੋ ਤੇ ਫਿਰ ਦੋਵੇਂ ਹੱਥ ਖੜਾ ਕਰਕੇ ਅੱਜ ਕਾਂਗਰਸ ਪਾਰਟੀ ਦੀ ਸੋਚ ਉਹਨਾਂ ਦੀ ਵਿਚਾਰਤਾਰਾ ਉਨ੍ਹਾਂ ਦੀ ਅਮਨ ਮਾਨ ਦੀ ਉਹ ਔਰ ਇੱਕ ਨਵੀਂ ਸਵੇਰ ਔਰ ਨਵੀਂ ਸੋਚ ਦੇ ਨਾਮ ਦੇ ਉੱਤੇ ਗੁਰੂ ਦਾ ਨਾਰਾ ਲਾ ਦਿਓ ਹੱਥ ਖੜੇ ਕਰੋ ਹੱਥ ਖੜੇ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਕਰੇ ਵੀਰ ਬਜਰੰਗੀ ਹਲੇ ABP ਸੰਜਾ ਜੋਸ਼ ਜਜ਼ਬਾ ਜਨੂਨ